ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਲਓ ਵੀ ਸੱਜਣ ਪਿਆਰੋ, ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਵੀ ਇੱਕ ਧਾਰ ਕੱਢਣ ਵਾਲੀ ਮਸ਼ੀਨ ਦੀ ਆਪਾਂ ਪ੍ਰੋਪਰ ਤਰੀਕੇ ਨਾਲ ਵਰਤੋਂ ਜਿਹੜੀ ਉਹ ਕਿਵੇਂ ਕਰ ਸਕਦੇ ਹਾਂ, ਕਿਹੜੀ ਮਸ਼ੀਨ ਚੰਗੀ ਹੈ। ਅਤੇ ਆਪਣੇ ਸੱਜਣ ਚੁਆਈ ਕਰਨ ਲੱਗੇ ਆ ਅਤੇ ਬਹੁਤ ਸਾਰੇ ਬੰਦੇ ਡਰਦੇ ਆ ਇਹਨੂੰ ਵਰਤਣ ਨੂੰ, ਕਹਿੰਦੇ ਬਈ ਇਹ 'ਚ ਕਰੰਟ ਆ ਜਾਂਦਾ, ਥਣ ਪੱਟ ਦਿੰਦੀ ਆ, ਫਲਾਨਾ ਧਿਉਂਕਾ। ਅਤੇ ਇਹ ਵਾਲੀ ਗੱਲ ਦੇਖੋ, ਤੁਸੀਂ ਇੱਧਰੋਂ ਮਸ਼ੀਨ ਸਟਾਰਟ ਕਰੋ, ਇੱਥੇ ਮੰਨ ਲਓ ਇਹਦਾ ਜਿਹੜਾ ਪ੍ਰੈਸ਼ਰ ਪੂਰੇ ਤਰੀਕੇ ਨਾਲ ਵਧੀਆ ਬਣ ਜਾਵੇ, ਆਹ ਢੱਕਣ ਢੁੱਕਣ ਪੂਰੇ ਤਰੀਕੇ ਨਾਲ ਲਾ ਲਓ। ਉਦੋਂ ਬਾਅਦ ਜਿਹੜੇ ਆਪਣੇ ਜਿਹੜੇ ਆਪਣਾ ਪਲਸੇਟਰ ਹੈ ਅਤੇ ਆਪਣੇ ਨਿੱਪਲ ਵਗੈਰਾ, ਇਹ ਪੂਰੇ ਤਰੀਕੇ ਨਾਲ ਸਾਫ਼ ਸੁਥਰੇ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਚੰਗੀ ਤਰ੍ਹਾਂ ਥਣ ਧੋ ਕੇ ਪਸ਼ੂ ਦਾ ਥੋੜ੍ਹਾ ਸਮਾਂ ਪਸਮਾ ਜਿਹੜਾ ਉਹ ਕਰ ਲਓ। ਉਦੋਂ ਬਾਅਦ ਜਿਹੜੀ ਸਭ ਤੋਂ ਵੱਡੀ ਕਲਾਕਾਰੀ ਆ ਮਿੱਤਰੋ, ਇਹਨਾਂ ਨੂੰ ਥਣਾਂ ਦੇ ਨਾਲ ਅਟੈਚ ਕਰਨ ਲਈ, ਦੇਖੋ ਤੁਸੀਂ ਪਹਿਲਾਂ ਮਸ਼ੀਨ ਚਲਾਓ, ਇੱਕ ਨੂੰ ਇਸ ਤਰ੍ਹਾਂ, ਦੂਸਰੇ ਨੂੰ ਇਸ ਤਰ੍ਹਾਂ, ਤੀਸਰੇ ਨੂੰ ਇਸ ਤਰ੍ਹਾਂ, ਚੌਥੇ ਨੂੰ ਇਸ ਤਰ੍ਹਾਂ। ਹੁਣ ਮਸ਼ੀਨ ਹੋ ਗਈ ਸੈੱਟ, ਇਹਨੇ ਆਪਣੀ ਵਰਕਿੰਗ ਜਿਹੜੀ ਉਹ ਸਟਾਰਟ ਕਰ ਦਿੱਤੀ ਹੈ। ਆਹ ਪਾਈਪ ਦੇ ਵਿੱਚੋਂ ਦੁੱਧ ਆਉਣਾ ਸ਼ੁਰੂ ਹੋ ਗਿਆ, ਢੋਲ ਦੇ ਵਿੱਚ ਤੁਸੀਂ ਦੇਖੋ ਇੱਧਰ ਚੱਲ ਰਿਹਾ। ਬਾਕੀ ਸੱਜਣੋ ਹੁਣ ਦੁੱਧ ਦੀ ਚਵਾਈ ਦੇਖੋ ਚੱਲ ਰਹੀ ਹੈ, ਮਿਲਕਿੰਗ ਆਪਾਂ ਨੂੰ ਦੁੱਧ ਦਿਸ ਰਿਹਾ ਹੈਗਾ ਵੀ ਮਸ਼ੀਨ ਥਣਾਂ ਦੇ ਵਿੱਚੋਂ ਬਾਹਰ ਕੱਢ ਰਹੀ ਹੈ ਅਤੇ ਆਪਣੀ ਇੱਧਰ ਡਰੰਮ ਦੇ ਵਿੱਚ ਜਾ ਰਿਹਾ ਹੈਗਾ। ਇੱਕ ਮਸ਼ੀਨ ਲਾਉਣ ਤੋਂ ਬਾਅਦ 'ਚ ਥਣਾਂ ਨੂੰ ਡਿਪ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਵੀ ਜਿਹੜੇ ਬੈਕਟੀਰੀਆ ਹੈਗੇ ਉਹ ਥਣਾਂ ਦੇ ਅੰਦਰ ਐਂਟਰ ਨਾ ਕਰਨ। ਅਤੇ ਦੋਸਤੋ ਜਿਹੜੀ ਮਸ਼ੀਨ ਹੈ ਇਹਦੇ ਆਪਾਂ ਨੂੰ ਕਈ ਸਾਰੇ ਫਾਇਦੇ ਆ। ਨੰਬਰ ਇੱਕ, ਇਹਦਾ ਫਾਇਦਾ ਇਹ ਹੈਗਾ ਵੀ ਆਪਣੇ ਪਸ਼ੂ ਦੁੱਧ ਵੱਧ ਜਾਂਦੇ ਆ, ਦੂਸਰਾ ਆਪਾਂ ਨੂੰ ਸਮੇਂ ਦੀ ਬਹੁਤ ਬੱਚਤ ਹੋ ਜਾਂਦੀ ਆ, ਤੀਸਰਾ ਥਣ ਦਾ ਰੋਗ ਕੋਈ ਨਹੀਂ ਲੱਗਦਾ, ਅਤੇ ਚੌਥਾ ਸੱਜਣੋ ਇਹ ਗੱਲਬਾਤ ਹੈ ਵੀ ਥੋੜ੍ਹਾ ਜਿਹਾ ਦੁੱਧ ਆ ਜਿਹੜੇ ਉਹ ਵੀ ਪਸ਼ੂ ਇਹਦੇ ਨਾਲ ਵੱਧ ਜਾਂਦੇ ਆ ਅਤੇ ਜਲਦੀ ਜਿਹੜੀ ਆਪਾਂ ਚਵਾਈ ਖਤਮ ਕਰਕੇ ਆਪਣੇ ਹੋਰ ਕੰਮ ਉਹ ਕਰ ਸਕਦੇ ਹਾਂ। ਇਹ ਆਪਣਾ ਮੁੱਲ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕੱਢ ਦਿੰਦੀ ਹੈ ਮਸ਼ੀਨ, ਜਿੰਨੀਆਂ ਵੀ ਆਪਾਂ ਇੱਕ ਵਾਰੀ ਕਰਦੇ ਹਾਂ। ਅਤੇ ਇਹੋ ਜਿਹੀਆਂ ਮਸ਼ੀਨਾਂ ਨਾਲੋਂ ਜਿਹੜੀਆਂ ਆਟੋਮੈਟਿਕ ਫਿੱਟ ਮਸ਼ੀਨਾਂ ਹੁੰਦੀਆਂ ਉਹ ਵਾਲੀਆਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਬੈਨੀਫਿਟਲ ਹੈ। ਅਤੇ ਸਾਵਧਾਨੀਆਂ ਆਪਾਂ ਕੀ ਰੱਖਣੀਆਂ, ਜਦੋਂ ਆਪਾਂ ਚਵਾਈ ਕਰ ਰਹੇ ਹਾਂ ਉਦੋਂ ਫੋਨ ਵਗੈਰਾ ਦਾ, ਕਿਸੇ ਨਾਲ ਗੱਲਾਂ ਵਗੈਰਾ ਦਾ ਜਿਹੜਾ ਉਹ ਬਿਲਕੁਲ ਨਹੀਂ ਕਰਨਾ, ਆਪਣੇ ਸਹੀ ਕੰਮ 'ਤੇ ਧਿਆਨ ਦੇਣਾ। ਕਈ ਵਾਰੀ ਜ਼ਿਆਦਾ ਅੜਬ ਪਸ਼ੂ ਹੁੰਦੇ, ਛੜ ਛੁੜ ਮਾਰ ਕੇ ਥਣ ਵੀ ਨੁਕਸਾਨ ਕਰਵਾ ਲੈਂਦੇ ਆਪਦਾ, ਪਰ ਆਪਾਂ ਪ੍ਰੋਪਰ ਧਿਆਨ ਦੇਣਾ। ਵੱਡੇ ਵੱਡੇ ਫਾਰਮਾਂ 'ਚ ਇਸੇ ਮਸ਼ੀਨ ਦੇ ਨਾਲ ਚਵਾਈਆਂ ਹੁੰਦੀਆਂ, ਜਦੋਂ ਇੱਕ ਵਾਰੀ ਆਪਾਂ ਐਡਜਸਟਮੈਂਟ ਇਹਦੀ ਕਰ ਲੈਂਦੇ ਹਾਂ ਉਸ ਤੋਂ ਬਾਅਦ ਹੱਥਾਂ ਨਾਲ ਚਵਾਈ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ। ਨਿੱਕੇ ਤੋਂ ਨਿੱਕੇ ਥਣਾਂ ਦੀ ਵੀ ਆਪਾਂ ਚਵਾਈ ਜਿਹੜੀ ਉਹ ਮਸ਼ੀਨਾਂ ਦੇ ਨਾਲ ਕਰ ਸਕਦੇ ਹਾਂ। ਅਤੇ ਬਾਕੀ ਸਾਡੇ ਨੂੰ ਜਿਹੜੀ ਇਹਦੀ ਰਿਪੇਅਰ ਦੇ ਗੱਲਬਾਤ ਆ ਜਾਂਦੀ ਹੈ, ਰਿਪੇਅਰ ਇਹਦੀ ਕਾਫ਼ੀ ਘੱਟ ਆ। ਜਦੋਂ ਇੱਕ ਵਾਰੀ ਆਪਾਂ ਖਰੀਦ ਲਈ, ਸਾਲਾਂ ਦੇ ਸਾਲ ਇਹ ਲਗਾਤਾਰ ਚੱਲਦੀ ਰਹਿੰਦੀ ਆ। ਬਸ ਮਿੱਟੀ ਗਾਰੇ ਤੋਂ ਆਪਾਂ ਬਚਾ ਕੇ ਰੱਖਣੀ ਹੈ ਇੱਕ, ਇਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਦੋਂ ਆਪਾਂ ਲੈ ਕੇ ਜਾਂਦੇ ਤਾਂ ਆਪਾਂ ਸਿੱਟਣੀ ਨਹੀਂ ਗੀ, ਅਤੇ ਬੋਕੀਆਂ ਵਗੈਰਾ ਹੀ ਇਹਦੀਆਂ ਖਰਾਬ ਹੁੰਦੀਆਂ। ਉਸ ਤੋਂ ਬਾਅਦ ਆਪਾਂ ਉਹਦੀ ਰਿਪੇਅਰ ਘਰ ਕਰਕੇ ਅਤੇ ਇਹਨੂੰ ਲੰਬਾ ਸਮਾਂ ਚਲਾ ਸਕਦੇ ਹਾਂ। ਹੁਣ ਆਪਾਂ ਦੋਸਤੋ ਕਰਦੇ ਹਾਂ ਗੱਲਬਾਤ ਵੀ ਜਦੋਂ ਆਪਣੀ ਗਾਂ ਦਾ ਦੁੱਧ ਪੂਰੇ ਤਰੀਕੇ ਨਾਲ ਨਿਕਲ ਜਾਂਦਾ ਵੀ ਆਪਾਂ ਇਹਨੂੰ ਅੱਡ ਕਿਵੇਂ ਕਰਨਾ। ਅਤੇ ਬਾਕੀ ਸੱਜਣੋ ਕਈ ਵਾਰੀ ਹੱਥਾਂ ਨਾਲ ਚਵਾਈ ਵੇਲੇ ਆਪਾਂ ਨੂੰ ਦਿੱਕਤ ਆ ਜਾਂਦੀ ਵੀ ਜਾਨਵਰ ਯਾਰ ਕਰੜਾ ਵਾਲਾ, ਕੁਛ ਨਾ ਕੁਛ ਦੁੱਧ ਆ ਜਿਹੜਾ ਉਹਦਾ ਵਿੱਚ ਹੀ ਰਹਿ ਜਾਂਦਾ, ਪਰ ਮਸ਼ੀਨ ਨਾਲ ਆਪਾਂ ਮੱਝਾਂ ਦੀ, ਗਾਈਆਂ ਦੀ ਚਵਾਈ ਬੜੇ ਆਸਾਨ ਤਰੀਕੇ ਦੇ ਨਾਲ ਕਰ ਸਕਦੇ ਹਾਂ। ਬਸ ਆਪਾਂ ਇੱਕ ਧਿਆਨ ਰੱਖਣਾ, ਚਵਾਈ ਤੋਂ ਬਾਅਦ ਦੁੱਧ ਪੁਣ ਕੇ ਆਪਾਂ ਅੱਗੇ ਢੋਲ 'ਚ ਪਾਉਣਾ। ਕਈ ਵਾਰ ਮਸਟੈਟ ਦੀ ਕੋਈ ਸਮੱਸਿਆ ਆਉਂਦੀ ਤਾਂ ਪੁਣਨੀ 'ਚ ਆਪਾਂ ਨੂੰ ਪਤਾ ਲੱਗ ਜਾਂਦਾ ਗਾ ਵੀ ਇਸ ਗਾਂ ਨੂੰ ਟ੍ਰੀਟਮੈਂਟ ਦੀ ਥੋੜ੍ਹੀ ਜਿਹੀ ਜ਼ਰੂਰਤ ਹੈ, ਕਿਤੇ ਨਾ ਕਿਤੇ ਆਪਣੇ ਤੋਂ ਅਣਗਹਿਲੀ ਹੋਈ ਹੈਗੀ। ਅਤੇ ਇਸ ਬਸ ਇਹ ਸਾਵਧਾਨੀ ਦੇ ਨਾਲ ਆਪਾਂ ਇਹਨੂੰ ਲੰਬੇ ਸਮੇਂ ਤੱਕ ਵਰਤ ਸਕਦੇ ਹਾਂ ਅਤੇ ਪਸ਼ੂ ਦੀ ਸਿਹਤ 'ਤੇ ਪੂਰਾ ਧਿਆਨ ਜਿਹੜਾ ਉਹ ਰੱਖ ਸਕਦੇ ਹਾਂ। ਅਗਲੀ ਗੱਲ, ਲਓ ਵੀ ਸੱਜਣੋ ਚਵਾਈ ਆਪਣੀ ਹੋ ਚੁੱਕੀ ਆ ਪੂਰੀ, ਅਤੇ ਪਹਿਲਾਂ ਆਪਾਂ ਇੱਥੋਂ ਪ੍ਰੈਸ਼ਰ ਇਹਦਾ ਘੱਟ ਕਰ ਦੇਣਾ, ਉਸ ਤੋਂ ਬਾਅਦ ਇਸ ਤਰੀਕੇ ਨਾਲ ਆਸਾਨੀ ਨਾਲ ਹੀ ਇਹ ਲੈ ਜਾਂਦੇ। ਅਤੇ ਮਿਲਕਿੰਗ ਹੋ ਚੁੱਕੀ ਆ ਕੰਪਲੀਟ, ਅਤੇ ਦੋਸਤੋ ਉਮੀਦ ਕਰਦੇ ਹਾਂ ਇੱਕ ਸ਼ਾਨਦਾਰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ। ਜਿਹੜੇ ਜਿਹੜੇ ਸੱਜਣ ਆਪਣੇ ਯੂਟਿਊਬ ਚੈਨਲ ਫਾਰਮਿੰਗ ਬ੍ਰੇਨ 'ਤੇ ਪਹਿਲੀ ਵਾਰੀ ਜੁੜੇ ਆ, ਪੇਜ ਨੂੰ ਫੋਲੋ ਜ਼ਰੂਰ ਕਰ ਰਹੇ ਹੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਸੱਜਣੋ, ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਇੰਟਰਸਟਿੰਗ ਵੀਡੀਓ ਨਾਲ।